ਬੜੀ ਖੁਸ਼ੀ ਦੀ ਗੱਲ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਅੱਜ ਜੋ ਫਤਿਹਗੜ੍ਹ ਚੂੜੀਆਂ ਦੇ ਵਿੱਚ ਜਿਹੜੀ ਆ ਐਡੀ ਤਹਿਲਕਾ ਮੈਂ ਕਹਿ ਸਕਦਾ ਵੀ ਜਿਹੜਾ ਮਚਾਇਆ ਔਰ ਮਿਹਨਤ ਕੀਤੀ ਹੈ ਸਾਡੇ ਬਲਬੀਰ ਸਿੰਘ ਪੰਨੂ ਨੇ, ਇਹਦਾ ਪਿਆਰ ਇੰਨਾ ਇਕੱਠ ਦੇਖ ਕੇ ਮੈਨੂੰ ਮਾਣ ਹੈ ਵੀ ਇਹ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੇ। ਜੇ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰ ਨੇ, ਅਕਾਲੀ ਦਲ ਦੇ ਵੀ ਲਖਵੀਰ ਸਿੰਘ ਮੋਦੀ ਨੇ ਸਾਬਕਾ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਕੀ ਲੱਗਦਾ? ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਲੋਕਾਂ ਨੂੰ ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ। ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੈਚੁਰਲੀ ਅੱਗੇ ਆ ਜਾਊਗਾ। ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਇਸ ਕਦਰ ਜਿਹੜੀ ਆ ਠਾਠਾ ਮਾਰ ਰਿਹਾ। ਬੀਜੇਪੀ ਵੱਲੋਂ ਕਮੈਂਟ ਕੀਤਾ ਕਿ ਖਤਮ ਕਰ ਦਿਓ, ਕੀ ਕਰਦੇ ਜੀ ਉਹਨੂੰ? ਕਿਹਾ ਤੁਸੀਂ ਕਿਹੜਾ ਬੀਜੇਪੀ ਨੂੰ ਹੁਣ ਲੋਕਾਂ ਨੂੰ ਕਿਹਾ ਵੀ ਬੀਜੇਪੀ ਨੂੰ ਖਤਮ ਕਰ ਦਿਓ? ਨਹੀਂ ਨਹੀਂ, ਬੀਜੇਪੀ ਸਾਨੂੰ ਕਲਮ ਕਰਨ 'ਤੇ ਲੱਗੀ ਹੈ ਵੀ ਸਾਰੇ ਅੰਦਰ ਦੇ ਦਿਓ, ਇਹਨਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਪਰ ਇਹ ਮੈਂ ਕਹਿ ਸਕਦਾ ਜਿਹੜਾ ਘਰ ਘਰ ਕੇਜਰੀਵਾਲ ਜੰਮ ਪਿਆ, ਜਿਹੜਾ ਘਰ ਘਰ ਭਗਵੰਤ ਮਾਨ ਜੰਮ ਪਿਆ, ਉਹਨੂੰ ਕਿਸ ਤਰ੍ਹਾਂ? ਕੱਲ੍ਹ ਸੀਐਮ ਸਾਹਿਬ ਦੀ ਰੈਲੀ ਦੀ ਸ਼ੁਰੂਆਤ ਪੰਜਾਬ ਦੀ ਬਸ ਜੀ, ਤੁਸੀਂ ਵੀ ਉਦੋਂ ਥੋੜ੍ਹੇ ਜਿਹੇ ਢਿੱਲੇ ਪਏ ਸਾਰੇ ਪੱਤਰਕਾਰ, ਜਿੱਦਣ ਦੀ ਟਿਕਟ ਅਨਾਊਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਤੁਹਾਨੂੰ ਵੀ ਹੁਣ ਗੱਡੀਆਂ ਦੇ ਜਿਹੜੇ ਟਾਇਰ ਘਸਾਉਣ ਦਾ ਹੁਣ ਮੌਕਾ ਮਿਲਿਆ ਪੂਰਾ। ਔਰ ਕੱਲ੍ਹ ਦੀ ਜਿਹੜੀ ਸ਼ੁਰੂਆਤ ਹੈ, ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ, ਮੈਂ ਸਦਾ ਰਹਿਣੀ ਹਾਂ ਜੀ, ਔਰ ਪਿਆਰ ਕਰਦੇ ਨੇ ਗੁਰਦਾਸਪੁਰ ਲੋਕ ਸਭਾ ਵਾਲਿਆਂ ਨੂੰ, ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ, ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ, ਉਹ ਕੰਮ ਨੂੰ ਪਸੰਦ ਕਰਦੀ ਔਰ ਇਹ ਕੰਮ ਦਾ ਨਤੀਜਾ। ਦੇਖੋ, ਜਦੋਂ ਸੰਗਤ, ਜਦੋਂ ਲੋਕ ਆਪ ਲੜਾਈ ਲੜਦੇ ਹੋਣ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ। ਮੈਂ ਬਟਾਲੇ 'ਚ ਵੀ ਗੱਲ ਕਰਦਾ ਸੀ, ਮੈਂ ਕਿਹਾ ਜੀ ਮੈਂ ਤਾਂ ਨਿਮਾਣਾ, ਮੈਨੂੰ ਤੁਸੀਂ ਟਿਕਟ ਦੇ ਕੇ ਨਿਵਾਜ ਦਿੱਤਾ, ਹੁਣ ਹਰਾਉਣਾ ਜਿਤਾਉਣਾ ਤੁਹਾਡੇ ਹੱਥ ਵਸ ਆ। ਔਰ ਇੱਥੇ ਵੀ ਜਿਹੜੀ ਹੁਣ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਸ ਹੈ, ਇਹਨਾਂ ਦੇ ਫੈਸਲਾ। ਔਰ ਮੈਨੂੰ ਆਸ ਆ ਵੀ ਐਰਕੀ ਹੈਰਾਨੀਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ, ਕਿਉਂਕਿ ਮੈਂ MLA ਦੀ ਇਲੈਕਸ਼ਨ ਵੀ ਲੜੀ ਆਪਾਂ, ਪਰ ਜੋ ਰਿਸਪੋਂਸ ਮੈਨੂੰ ਜਿਹੜਾ ਨਜ਼ਰ ਆ ਰਿਹਾ ਵਾ, ਇਹ ਇੱਕ ਵਾਕਿਆ ਬਾ ਕਮਾਲ ਰਿਸਪੋਂਸ ਹੈ। ਕੋਈ ਐਸਾ ਚਿਹਰਾ ਮੈਨੂੰ ਹਾਲੇ ਤੱਕ ਇਹ ਨਹੀਂ ਕੋਈ ਮਿਲਿਆ ਜਿਹਨੇ ਮੈਨੂੰ ਕਿਹਾ ਵੀ ਯਾਰ ਸੋਚਾਂਗੇ, ਨਹੀਂ ਵੋਟ ਪਾਵਾਂਗੇ, ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ, ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋਵਾਂ ਸਾਲਾਂ ਦੇ ਵਿੱਚ। ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ, ਜੇ ਬਿਜਲੀ ਦੀ ਗੱਲ ਕਰੀਏ, ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ, ਠੀਕ ਹੈ, ਫਿਰ 1 ਕਰੋੜ ਜਿਹੜਾ ਸ਼ਹੀਦੀ ਸਨਮਾਨ ਦੀ ਗੱਲ ਕਰੀਏ, ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ, ਹਰ ਕੰਮ 'ਤੇ ਉਹ ਖਰੇ ਉਤਰੇ। ਬੀਜੇਪੀ ਦਾ ਪ੍ਰਚਾਰ ਵੀ ਸ਼ੁਰੂ ਹੋ ਰਿਹਾ, ਕਿਸਾਨ ਕਰਨ ਨਹੀਂ ਦੇ ਰਹੇ। ਦੇਖੋ ਜੀ, ਜੇ ਚੰਗੇ ਕੰਮ ਕਰਾਂਗੇ ਤਾਂ ਲੋਕ ਅੱਗੇ ਹੋ ਜਾਂਦੇ, ਜੇ ਹੁਣ ਕੰਮ ਹੀ ਉਹੋ ਜਿਹੇ ਕੀਤੇ ਨੇ, ਜਦੋਂ ਗਏ ਹੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਨੂੰ, ਤਾਂ ਆਪੇ ਉਹ ਸ਼ਾਂਤ ਹੋ ਜਾਂਦੇ। ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ, ਉਹ ਕਹਿੰਦੇ ਹੁਣ ਇੱਥੇ ਹੀ ਨਹੀਂ ਸੁਣੀ, ਵੀ ਫਰਕ ਤਾਂ ਹੈ ਹੀ ਹੈ। ਪਹਿਲੋਂ ਤਾਂ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡਾ ਮਾਣ ਬਖਸ਼ਿਆ, ਜੋ ਲੋਕ ਸਭਾ ਗੁਰਦਾਸਪੁਰ ਤੋਂ ਟਿਕਟ ਦਿੱਤੀ ਹੈ। ਜਿਹੜੀ ਗੱਲ ਕਰ ਰਹੇ ਸੀ ਤੁਸੀਂ ਵੀ ਗੱਲ ਸੀਐਮ ਸਾਹਿਬ ਗੁਰਦਾਸਪੁਰ ਤੋਂ ਸ਼ੁਰੂਆਤ ਕਰ ਰਹੇ ਹਾਂ, ਸੀਐਮ ਸਾਹਿਬ ਦੀਨਾਨਗਰ ਵਿਖੇ ਆਏ ਸੀ, ਦੀਨਾਨਗਰ ਦੇ ਵਿੱਚ ਸੰਗਤ ਦੀ ਆਵਾਜ਼ ਸੀ ਵੀ ਗੁਰਦਾਸਪੁਰ ਨੂੰ ਅੱਜ ਤੱਕ ਐਂਡਲਾ ਜ਼ਿਲ੍ਹਾ ਸਮਝਿਆ ਗਿਆ, ਅਤੇ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਗੁਰਦਾਸਪੁਰ ਨੂੰ 1 ਨੰਬਰ ਦਾ ਜ਼ਿਲ੍ਹਾ ਸਮਝਿਆ ਜਾਊਗਾ ਔਰ ਬਣਾਇਆ ਜਾਊਗਾ, ਅਤੇ ਉਹਦੇ ਵਿੱਚ ਸਾਡੇ ਭਰਾ ਦੀ ਜੋ ਟਿਕਟ ਲੌਸ ਹੋਈ ਹੈ ਗੁਰਦਾਸਪੁਰ ਲੋਕ ਸਭਾ ਤੋਂ, ਸਾਡੇ ਭਰਾ ਦਾ ਬੜਾ ਮਾਣ ਵਧਿਆ, ਸਾਡੇ ਲੋਕਾਂ ਦਾ ਬੜਾ ਮਾਣ ਵਧਿਆ। ਔਰ ਮੈਂ ਖੁਦ
ਖੁਦ ਪਿੰਡਾਂ ਦੇ ਵਿੱਚ ਜੋ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਦੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ, ਫੋਨ ਕਾਲ ਵੀ ਕਰਦੇ ਨੇ, ਜਿੰਨੀ ਸੰਗਤ ਦੇ ਵਿੱਚ ਖੁਸ਼ੀ ਹੈ 2022 ਦੀ ਇਲੈਕਸ਼ਨ ਨਾਲੋਂ ਕਈ ਗੁਣਾ ਵੱਧ, ਜੋ ਅੱਜ ਸ਼ਹਿਰੀ ਕਲਸੀ ਜੀ ਨੂੰ ਟਿਕਟ ਲੋਕ ਸਭਾ ਗੁਰਦਾਸਪੁਰ ਦੇ ਮਿਲਣ ਦੇ ਵਿੱਚ ਖੁਸ਼ੀ ਹੈ ਨਾ। 2022 'ਚ ਬਲਬੀਰ ਸਿੰਘ ਬੱਡੂ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਲੂਜ਼ ਕਰ ਗਏ, ਇਸ ਵਾਰ ਕਸਰ ਪੂਰੀ ਕਰ ਲਓ। ਵੇਖੋ ਜੀ, 3 ਗੁਣਾ ਸੰਗਤ ਨੇ ਮੈਨੂੰ ਇਹ ਵਾਅਦਾ ਕੀਤਾ ਹੈ, ਨਾ ਤਾਂ ਮੈਂ ਕੋਈ ਓਵਰ ਕੌਨਫੀਡੈਂਸ ਬੋਲ ਰਿਹਾ, ਇਹ ਸੰਗਤ ਹੀ ਮੇਰੀ ਆਵਾਜ਼ ਹੈ। ਹਰ ਪਿੰਡ ਦੇ ਵਿੱਚੋਂ ਮੈਂ ਆਵਾਜ਼ ਸੁਣੀ ਹੈ, ਹਰ ਪਿੰਡ ਦੇ ਵਿੱਚੋਂ ਮੈਂ ਜਜ਼ਬਾ ਦੇਖਿਆ ਕਿ 2022 ਤੋਂ 3 ਗੁਣਾ ਵੱਧ ਪਿੰਡਾਂ ਦੇ ਵਿੱਚ ਵੋਟਾਂ ਪੈਣਗੀਆਂ। 4 ਜੂਨ ਨੂੰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਏਗਾ। ਲੋਕ ਤਿਆਰ ਪਰ ਤਿਆਰ ਬੈਠੇ ਨੇ, ਸਾਡੇ ਭਰਾ ਨੂੰ ਅਸੀਂ, ਸਾਡੇ ਭਰਾ ਦੀ ਪੱਗ ਨੂੰ, ਸਾਡੇ ਭਰਾ ਦੀ ਸ਼ਾਨ ਨੂੰ, ਗੁਰਦਾਸਪੁਰ ਦੀ ਜ਼ਿਲ੍ਹੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ 'ਤੇ ਜਿੱਤਾ ਕੇ ਭੇਜਾਂਗੇ।